बहुत अच्छा प्रोग्राम रखा, बहुत अच्छा, बहुत कुछ बस। इतने दिन आया, परसों भी आया, कल भी आया, आज भी आया, बड़ा वजिया लगे महाराज जी का, बहुत वजिया लगे, बहुत चढ़ती कलास, मतलब संगत हुब हुबा करके आई है, काफ़ी संगत हैगी एक्चुअली। हाँ जी बहुत वधिया। मनिया कि साडा विसाखी नवा साल होंदा है, पर जो भी है ये दिन दे जद भी गुरबाणी पढ़ी जाए वो दिन सुभागा है। समागम बहुत वधिया चल रहा है जी, बाणी करनी चाहिए, सिमरन करना चाहिए, सेवा करनी चाहिए। महाराज इसे तरह सारे परिवारों नु इसे तरह बाणी दे नाल जोड़ के रखे, क्यों क्लबा च ना बच्चे जान इस पिछे लग जान, घर घर विच बाणी चले। बहुत अच्छी सेवा करते हैं सारे, सारा कुछ चंगा रहिंदा है। लाड दिसंबर 31 दिसंबर दा 3 दिन प्रोग्राम, महाराज वड्डे वड्डे जथे आउंदे आ, सुप्रीम काउंसिल अपनी कराउंदी है, चढ़दी कला दे नाल प्रोग्राम हुंदा। हाँ जी वाहगुरु जी का खालसा वाहगुरु फतेह। ये जो प्रोग्राम होया वा मतलब तीन दिन तो आंडा है, मत्था टेकन है, जो कीर्तनी आंडे, रागी जत्था आंडे, बहुत ही वधिया प्रोग्राम होने, बहुत वधिया कमेटी ने उपराला किया है करके। असी रेंदे हैं मतलब इतने नवी मुंबई रेंदे हैं, रबाले रेंदे हैं। हाँ जी हर साल जो भी मतलब समागम होंगे तो हर साल पूरा परिवार आता है इतने। ਜਿਹੜਾ ਜੀ ਜਸਮੇਰ ਚੈਰੀਟੇਬਲ ਆ ਉਹਨਾਂ ਦਾ ਜੋ ਵੀ ਉਪਰਾਲਾ ਹੁੰਦਾ ਹੈ ਬਹੁਤ ਹੀ ਵੱਧ ਚੜ੍ਹ ਕੇ ਹੁੰਦਾ ਹੈ, ਬਹੁਤ ਹੀ ਵੱਧ ਚੜ੍ਹ ਕੇ, ਉਹ ਮਤਲਬ ਜੋ ਮੈਡੀਸਿਨ ਤੋਂ ਲੈ ਕੇ ਕੈਂਪ ਉਹਨਾਂ ਦੇ ਲੱਗਦੇ ਆ, ਬਹੁਤ ਕੁਛ ਮਤਲਬ ਉਹ ਬਹੁਤ ਸਾਰੀ ਹੈਲਪ ਵੀ ਕਰਦੇ ਕਾਫੀ ਲੋਕਾਂ ਨੂੰ ਕਰਕੇ, ਤੋ ਉਹਨਾਂ ਦਾ ਉਪਰਾਲਾ ਬਹੁਤ ਵਧੀਆ ਲੱਗਦਾ ਸਾਨੂੰ। ਦਰਸ਼ਨ ਕੌਰ ਨਹੀਂ ਅੱਜ ਦੂਜਾ ਦਿਨ ਆ ਗਿਆ बड़ा लाभ मिला, बड़े बड़े चंगे चंगे कीर्तन आए सी, जना मतलब पता चंगा कीर्तन किया, मतलब गुरमेल कौर जी रब दुख दूर करे सब दे परमात्मा ਸਾਹਿਬ ਜੀ। ਹਾਂ ਜੀ ਬਹੁਤ ਵਧੀਆ ਜੀ। ਮੈਂ ਤੇ ਡੇਰਾ ਬਾਬਾ ਨਾਨਕ ਤੋਂ ਆਇਆ, ਜਗਦੀਸ਼ ਸਿੰਘ। ਤਿੰਨੇ ਦਿਨ ਆਏ, ਵਾਹਿਗੁਰੂ ਬਹੁਤ ਚੜ੍ਹ ਗਿਆ ਕਿਤੇ, ਵਾਹਿਗੁਰੂ ਕਿਰਪਾ ਬਹੁਤ ਚੜ੍ਹਦੀ ਕਲਾ, ਬਹੁਤ ਵਧੀਆ। ਆਹ ਹੁਣ ਫਿਰ ਦਾਹ ਲਾਉਣ ਵਿੱਚ ਬੈਠੇ ਹਾਂ ਇੱਥੇ, ਲਾਹ ਹਾਂ ਇਹਨਾਂ ਦੀ ਧੁੰਦਾ ਨਹੀਂ, ਚੜ੍ਹਦੀ ਕਲਾ ਬਹੁਤ ਵਧੀਆ, ਲੰਗਰ ਬਹੁਤ ਵਧੀਆ ਲੰਗਰ ਹੈ। ਸਤਿ ਸ਼੍ਰੀ ਅਕਾਲ, ਸਤਿੰਦਰ ਸਿੰਘ, ਅਸੀਂ ਵਾਸੀ ਨਵੀਂ ਮੁੰਬਈ, ਬਹੁਤ ਵਧੀਆ ਲੱਗਾ ਇੱਥੇ, ਸੰਗਤਾਂ ਨੇ ਹਾਜ਼ਰੀ ਭਰੀ, ਤਿੰਨੋਂ ਦਿਨ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ, ਇੱਥੇ ਬਹੁਤ ਚੜ੍ਹਦੀ ਕਲਾ ਵਿੱਚ ਬਹੁਤ ਵਧੀਆ ਲੱਗਾ ਇੱਥੇ। ਸੁਚੱਜੇ ਪ੍ਰਬੰਧ, ਬਿਲਕੁਲ ਸੁਚੱਜੇ ਪ੍ਰਬੰਧ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਮਾਗਮ ਕਰ ਰਹੇ ਨੇ ਇਹਨਾਂ ਸੇਵਾਦਾਰਾਂ ਦੀ ਬੜੀ ਕਣਬਟਕੀ, ਕੜੀ ਮਿਹਨਤ ਹੈ, ਅਸੀਂ ਖਾਲੀ ਆ ਕੇ ਖਾ ਕੇ ਚਲੇ ਜਾਂਦੇ ਹਾਂ, ਇਹਨਾਂ ਦੀ ਮਿਹਨਤ ਜਿਹੜੀ ਪਰਮਾਤਮਾ ਸਿਰੇ ਲਗਾਵੇ, ਬਹੁਤ ਬਹੁਤ ਅੱਛਾ, ਬਹੁਤ ਧੰਨਵਾਦ ਹੈ, ਵਾਹਿਗੁਰੂ ਇਹਨਾਂ ਦੀ ਬਲ ਬਖਸ਼ੇ, ਵਾਹਿਗੁਰੂ ਜੀ ਕਾ ਖਾਲਸਾ। ਨਾਮ ਜੋਗਿੰਦਰ ਕੌਰ ਕੋਪਰ ਖੇਡ ਤੋਂ ਆਏ ਹਾਂ, ਅਗਲੀ ਵਾਰੀ ਪਰਮਾਤਮਾ ਇਹਨਾਂ ਬੰਦਕਾਂ ਨੂੰ ਹੋਰ ਹਿੰਮਤ ਬਖਸ਼ੇ, ਇਸ ਤੋਂ ਬਾਅਦ ਚੜ੍ਹ ਕੇ ਕਰਨ ਸਾਰੀ ਸੰਗਤ ਇਹਨਾਂ 'ਤੇ ਖੁਸ਼ ਹੋ ਜਾਏਗੀ। ਆਹ ਕਥਾ ਬਾਬਾ ਜੀ ਆ ਜਦੋਂ ਪਹਿਲਾਂ ਬਾਬਾ ਜੀ ਲੱਗਿਓ, ਗਿਆਨੀ ਲੱਗਿਓ ਸੀ ਆਪਣੇ ਜਲੰਧਰ ਵਾਲੇ, ਬਹੁਤ ਬਹੁਤ ਆਨੰਦ ਹੈ ਉਹਨਾਂ ਦਾ ਕੀਤਾ। ਹਾਂਜੀ ਬਹੁਤ ਆਨੰਦ ਹੈ, ਬਹੁਤ ਅੱਛਾ ਪ੍ਰੋਗਰਾਮ ਰੱਖਿਆ, ਬਹੁਤ ਅੱਛਾ, ਬਹੁਤ ਕੁਛ ਬਸ ਕੋਈ ਸਿਫਤ ਨਹੀਂ ਉਹਦੇ। ਹਾਂਜੀ ਐਕਚੁਅਲੀ ਜਿਹੜੇ ਸਾਡੀ ਸਾਲ ਦੀ ਸ਼ੁਰੂਆਤ ਐਕਚੁਅਲੀ ਜੇ ਅਸੀਂ ਸੰਗਤ ਦੇ ਵਿੱਚ ਬਿਤਾਈਏ ਉਹ ਸ਼ੁਅਰ ਸਾਡਾ ਪੂਰਾ ਸਾਲ ਵਧੀਆ ਜਾਊਂਗਾ। ਐਕਚੁਅਲੀ ਇਹੀ ਸੋਚ ਕੇ ਅਸੀਂ ਹਰ ਸਾਲ ਇਸ ਸਮਾਗਮ 'ਚ ਹਿੱਸਾ ਲਈਦਾ ਆ, ਹੋਰ ਹੁੰਦਾ ਵੀ ਉੱਦਾਂ ਹੀ ਆ, ਵਾਹਿਗੁਰੂ ਦੀ ਮਿਹਰ ਨਾਲ ਸਾਰਾ ਸਾਲ ਵਧੀਆ ਜਾਂਦਾ ਆ। ਬਾਕੀ ਚਿੰਤਾ ਉਹ ਸਭ ਮੁਸ਼ਕਿਲਾਂ ਤਾਂ ਆਉਂਦੀਆਂ ਰਹਿੰਦੀਆਂ, ਉਹ ਤਾਂ ਸਾਡੇ ਧਰਮ ਦੇ ਵਿੱਚ ਸਾਨੂੰ ਲੜਨਾ ਸਿਖਾਇਆ ਗਿਆ। ਜਸਵੰਤ ਸਿੰਘ ਨਾਮ ਮੇਰਾ ਜੀ, ਇੱਥੇ ਸੀਵੁੱਡ 'ਚ ਇੱਥੇ ਰਹਿੰਦੇ ਲਾਗੇ ਹੀ, ਇਹ ਅਸੀਂ ਇਹ 14 ਸਾਲਾਂ ਤੋਂ ਇਹਨਾਂ ਦਾ ਪ੍ਰੋਗਰਾਮ ਉਲੀਕ ਰਹੇ ਨੇ, ਸੰਗਤ ਆਪਣੇ ਜਿਹੜੇ ਜਥੇਦਾਰ ਸੇਵਾਦਾਰ ਹੈਗੇ ਨੇ, ਔਰ ਅਸੀਂ ਉਹਨਾਂ ਨਾਲ ਹਮੇਸ਼ਾ ਪਹਿਲਾਂ ਸਾਲ ਪੜ੍ਹੇ ਵੀ ਜਾਂਦੇ ਹੁੰਦੇ ਸੀ ਕੀਰਤਨ ਦਰਬਾਰ 'ਤੇ ਨਵੇਂ ਸਾਲ ਦੇ, ਅੱਜ ਇੱਥੇ ਵੀ ਆ ਰਹੇ ਹਾਂ, ਉਹ ਬਹੁਤ ਹੀ ਆਨੰਦ ਆ ਰਿਹਾ, ਇਤਨਾ ਸੋਹਣਾ ਬੰਦੋਬਸਤ, ਇਤਨਾ ਸੋਹਣਾ ਸਟੇਜ ਬਣਾਇਆ, ਇਤਨੇ ਸੋਹਣੇ ਬਾਹਰੋਂ ਪ੍ਰਚਾਰਕ ਰਾਗੀ ਜਿੱਥੇ ਸਾਰੇ ਮੰਗਾਏ ਨੇ, ਬਹੁਤ ਹੀ ਆਨੰਦ ਆ ਰਿਹਾ। ਚੜ੍ਹਦੀ ਕਲਾ ਆਨੰਦ ਆ, ਕੱਲ੍ਹ 3 ਦਿਨ ਦਾ ਪ੍ਰੋਗਰਾਮ ਚੱਲਿਆ, ਬਹੁਤ ਵਰਲਡ ਦੇ ਵਿੱਚ ਰਿਕਾਰਡ ਆ ਬੰਬੇ ਦਾ, ਜਿਹੜਾ ਆ ਪ੍ਰੋਗਰਾਮ ਚੱਲਦਾ 3 ਦਿਨ, ਸਭ ਸਾਰੀ ਬੰਬੇ ਦੀਆਂ ਸੰਗਤਾਂ ਰਲ ਮਿਲ ਕੇ ਪ੍ਰੋਗਰਾਮ ਮਨਾਉਂਦੀਆਂ, ਮਲ ਕੋਈ ਕਮਾਲੋ ਕਮਾਲ ਆ ਕੇ ਵੇਖੋ, ਲੰਗਰ ਦਾ ਕੇ ਇੱਕ ਇੱਕ ਵਰਾਇਟੀ, ਹਰ ਇੱਕ ਚੀਜ਼ ਜੋ ਖਾਣ ਨੂੰ ਸੰਗਤਾਂ ਦੇ
सब प्रबंध संगत ने किया, कोई इतने प्रबंधकों ने किया, चढ़ती कला वा वधिया जिहड़ा है उपराला है। मतलब इस समय जिहड़ी है संगत, नहीं तो सारे असी नौजवान किधर डांस वांस करते होंगे सी, पार्टियां तो जाते सी। सो ये बहुत ही शलाघा जो उपराला जो कि इतने गुरु के नाल जुड़ जाने, गुरबाणी कीर्तन सरवण करने, मनिया कि साडा विसाखी नवा साल आता है, पर जो भी है ये दिन दे जद भी गुरबाणी पढ़ी जाए वो दिन सुभागा है। हाँ जी हाँ जी, और नौजवान जुड़ रहे हो, और तुम देख सकते हो कि नौजवानों जुड़ने लिए काफ़ी सारे नाश्ते का भी प्रबंध है, डिफरेंट डिफरेंट चीज़ा बार अवेलेबल है। सो आस्ते आस्ते टाइम लगता है किसी चीज़ को भी करने का, पर ये कहाँगा कि प्रबंधकों का हौसला है जो उन्होंने ना हौसला रखा, और अज देख सकते हो किन्ने, कल तुम वेखिया ही होगा पैर रखने की जगह नहीं सी, कि संगत सी। हाँ आई थिंक ये तो एक ट्रेडिशन है जो काफ़ी सालों तो फॉलो कर रहे हैं, तो न्यू ईयर की सैलीब्रेशन। हाँ जी, संगत जुड़नी चाहिए, तो यंगस्टर्स की बहुत लोड है। आई थिंक बिल्कुल बिल्कुल बिल्कुल, हुण असीं जिहड़ा इत्थे मुंबई में रहिंदे आ, तो साढ़े ज़्यादा इत्थे दे मराठी बेस्ड ही लोग हैगे ने, सो ये साढ़े नाल ही रहिंदे ने ना, ये भी सानू देखे साढ़े गुरपुरब किवें मनाए जाते हैं, सो ये गुरु का राज भी साढ़े नाल आते हैं, सिख इतिहास बारे जानते हैं, जो साड़ी लंगर की प्रथा है, ये काफ़ी सारा ये प्रभावित होंगे ने इस सब चीज़ों, तो ये भी गुरु घर को काफ़ी आस्था भी रखते हैं, योजना नहीं है कि सिर्फ लंगर छकन लिए आते हैं, काफ़ी आस्था भी रखते हैं, तो काफ़ी सिखा की मतलब कितने भी लोड़ होंगी है। हम आप इतने माइनॉरिटीज़ है, तो सिखा मोढ़ा ना मोढ़ा ला के इतने की सरकार हो जाए, भावें इतने के लोकल हो महाराष्ट्रियंस भी, वो भी हमेशा जोड़ा एक सुनिया ही होगा पंजाब और महाराष्ट्र का एक अलग ही जोड़ा नाता भी है, सो यही जोड़ा है देखने को मिलता है। सो जसविंदर सिंह, ठीक, धन्यवाद। इन्नी संगत अज तक नहीं कि जिनी संगत इतने हूँ वेखी है, तो इदा ही संगत सिख संगत जुड़निया चाहिए, तो होर वो वे नौजवान होर वधने चाहिए, मैं तो कहना आए तो है तो होर वधने चाहिए है, खास कर नवें मुंबई के भी चंगे चंगे उपराले होंगे रेंदे करके नौजवानी जी भटकती नहीं आज। सत श्री अकाल, बोलो, मेरा नाम प्रदीप बटीजा, कल ही मैं पता लग्या, बहुत एकदम वेरी बहुत अच्छा है, एकदम बहुत बहुत है। गुरु का ना तो सारा तो वधिया ही है ना, आना जरूरी है। हाँ सिंधी है बहुत है सारे, हाँ गुरु के नाल जुड़े आते हैं, गुरुद्वारे गुरुद्वारे आते हैं, बहुत वधिया बहुत वधिया। इधर ला लिया जिंदगी असी कभी सोचा ही नहीं सी, इन्ना वधिया हर चीज़ हर चीज़ कोई कमी नहीं है, इन्नी सेवा की भावना इन्ना कुछ किया मैं कह नहीं सकता, सब वधिया कोई प्रॉब्लम नहीं है, बहुत वधिया गुरु घर की बख्शी है, मज़ा आ गया। धर्मवीर सिंह, सत श्री अकाल जी, सोनिया सोनिया, हाँ जी नहीं असी मोना पंजाबी आ गया, हाँ जी असी नेहरू लीस्ट च रहते, बहुत अच्छा हर साल आते असी, हाँ जी बहुत अच्छी सेवा करते हैं, सारे सारा कुछ चंगा रहता असी हर साल आ, हाँ जी पूरी फैमिली नाल आते हैं, बहुत लंगर चंगा है, लंगर तो एकदम बहुत गुरु का मस्त आनंद आ जाता है, हाँ परिवार नाल है। हैप्पी न्यू ईयर, वाहेगुरु जी का खालसा वाहेगुरु जी की फतेह। मेरा नाम हरमीत कौर है, असी कोपे खेने, मेरे ख्याल तो इस समागम इतने फर्स्ट टाइम होया है, पहले असी सैनपाड़ा जाते सी उत्थे होंदा सी ना, इतने फर्स्ट टाइम होया, और मेरा इन-लॉज साढ़ा कल कोपर खेने हैं, तो इतने मेरे ख्याल तो फर्स्ट टाइम है, तो थोड़ा समझने भी मैनेजमेंट में थोड़ा टाइम लगेगा शायद, आई थिंक अरेंजमेंट इज़ ऑल गुड, समागम बहुत अच्छा अरेंज किया है। नहीं यह संस्था दोनों संस्था बड़िया मिलजुल के काम कर रही हैं, नवी मुंबई की सुप्रीम काउंसिल ऑफ सिख गुरुद्वारा जितने हैं और दशमेश चैरिटेबल सोसाइटी जो हर साल ये सोहना प्रोग्राम लिखते हैं, और संगत सारी बड़ी खुश है, बहुत आनंद मान के जाती है, बहुत ही आनंद आ रहा है। बाणी का जो सिद्धांत है वो सारी चीज़ें सीखने वास्ते असं इतने आते हैं, सानू दुनिया से जाने जाता वा साढ़े गुरु करके जाने जाता, साड़ी इंडिविजुअलिटी वास्ते नहीं जाने जाता, इस करके गुरु घर आना संगत करनी बहुत जरूरी है, बहुत सारिया चीज़ा जो सिखाते हैं जो सानू आम साढ़े स्कूल दिया बुकों से नहीं मिलने वाला, कुछ चीज़ें इदा दी होंगे ना बहुत लिमिटेड थावे ते ही मिलती है। हाँ बहुत अच्छा, हम आज ही आए हैं, समागम बहुत वधिया चल रहा, बहुत सोहना उपराला है, सरदार जसपाल सिंह सिद्धू और सुप्रीम कौंसल और तजेंद्र सिंह सैनी जड़े आ, बहुत उपराला वधिया इन्हों का, काफ़ी टाइम तो करते आ रहे हैं। हाँ जी, एक
मराठी अदर का मुसलमान भी बहुत जुड़ते हैं इस दिन। कल रात का जो समय सी, कल 31 दिसंबर का नवे साल का, वो इतना वधिया इतना सोहना नज़ारा सी कि वाहगुरु सब दे अखा आने आले दुआले नज़र आ रहे भाई। कल जो नज़ारे रात को सब वेखे ने असं 2:30 बजे इतों गया, 2:30 बजे रात को और कॉफ़ी छक के गया। 2:30 बजे तक लंगर चल रहा है खुला, यह कमाल की गल है, बाबे का लंगर चल रहा खुला, यह अटूट वरत है। वाहेगुरु जी का खालसा वाहेगुरु जी की फतेह। कैसा लग रहा है यहाँ पे आके? मस्त। बढ़िया। 3 दिन हो जाए थे। हाँ। क्या-क्या सीखा? सेवा, सब कुछ सीखा। गुरजाब सिंह गिल। हाँ जी बाबू। क्या-क्या सीखे? बाणी करनी चाहिए, सिमरन करना चाहिए, सेवा करनी चाहिए। बहुत ही अच्छा लगा हमें, ऑर्गेनाइज्ड बहुत अच्छा है, लंगर भी बड़ा बहुत अच्छा लगा और आज तो ज्यादा ही मजा आया, कल भी काफी मजा था। वाहेगुरु जी का खालसा वाहेगुरु जी की फतेह। बहुत अच्छा लगा, इस करके अच्छा लगा कि जो नवा साल है ना, आम लोग होटलों से मनाते हैं या क्लबों से मनाते हैं, इस करके अच्छा लगा कि सारी संगत जो इस वेले बाणी नाल जुड़ी हुई है, बाणी बाणी नाल जुड़ी हुई है, इस करके बहुत अच्छा लगा। महाराज इस तरह सारे परिवारों इस तरह बाणी के नाल जोड़ के रखे, क्यों क्लबों से ना बच्चे जान इस पिछे लग जा, घर घर में बाणी चले। वाहेगुरू जी का खालसा वाहेगुरु जी की फतेह। मेरा नाम नितनेम कौर है एंड इतने आके इन ज़्यादा पीसफुल लगता है कि मतलब लगता है गॉड दे बहुत ज़्यादा करीब आ सी एंड सब कुछ बहुत ज़्यादा परफेक्ट सेगा, कहीं भी चीज़ की कमी नहीं सी। सतबीर शर्मा। नहीं सर, हम यहाँ पे रहते हैं, हम हर जो न्यू ईयर के फंक्शन है ना यहाँ ही आते हैं। बहुत अच्छा लगता है सर, मैंने तीनों फंक्शन अटेंड किए, तीनों दिन के फंक्शन अटेंड किए, जो मैनेजमेंट रहा है, जो लंगर रहा है बहुत अच्छा था सर, बहुत अच्छा था सर, सारी जो मैनेजमेंट की हुई है बहुत अच्छी की हुई है, किसी भी पब्लिक को ज़्यादा बोलते ना ये नहीं हुआ कि बहुत धक्का धुक्की नहीं हुई है, प्रॉपर मैनेजमेंट था, बहुत अच्छा था सर। और लंगर पानी का खुला ऐसा प्रबंध है, जो वैसे चाह छक रहे हैं साढ़े 8 गिलास है, चाह भजिए छके ने, यानी बहुत सोहना प्रबंध, लंगर का भी चाह पानी का भी है और पिछले लंगर जो है गुरु का लंगर है वह भी अतुट वरत रहा है और बहुत सोहना हो रहा है और बहुत ही असं वडभागी हाँ जो सानू हर साल दर्शन करने का मौका मिलता है, सानू इतने आने का मौका मिलता है, बड़े सुभाग्य साढ़े सुभाग है ने, असें बहुत ही आनंद आ रहा है, बहुत सोहना। ਅਸੀਂ ਕੀ ਦੇਖਿਆ ਹੈਗਾ ਕਿ ਜਦੋਂ ਅਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤੇ ਅਸੀਂ ਸੇਵਾ ਕਰਨ ਵਾਸਤੇ ਕੁਛ ਯੂਥ, ਮੇਰੇ ਖਿਆਲ 100-200 ਯੂਥ ਸੀਗੇ ਜਿਨ੍ਹਾਂ ਨੂੰ ਅਸੀਂ ਇਕੱਠੇ ਮੀਟਿੰਗ ਲੈਂਦੇ ਸੀਗੇ, ਉਹ ਮੀਟਿੰਗ ਲੈ ਕੇ ਉਹਨਾਂ ਨੂੰ ਪੂਰਾ ਪ੍ਰੇਰਣਾ ਕਰਦੇ ਸੀਗੇ ਤੇ ਸਾਨੂੰ ਦੇਖਿਆ ਕਈ ਚੀਜ਼ਾਂ ਸਾਨੂੰ ਵੀ ਨਹੀਂ ਆਉਂਦੀ ਸੀ, ਜੋ ਪ੍ਰਬੰਧਕਾਂ ਨੂੰ ਵੀ ਨੌਲੇਜ ਨਹੀਂ ਸੀਗੀ ਨਾ, ਉਹ ਨੌਲੇਜ ਉਹ ਯੰਗ ਯੂਥ ਨੂੰ ਸੀਗੀ, ਉਹਨੂੰ ਦੇਖ ਕੇ ਸਾਨੂੰ ਇੰਨੀ ਮੋਟੀਵੇਸ਼ਨ ਹੋਈ ਕਿ ਬੱਚੇ ਕਈ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਖਾਲੀ ਪਲੇਟਫਾਰਮ ਚਾਹੀਦਾ, ਅਗਰ ਇੱਕ ਅੱਛਾ ਪਲੇਟਫਾਰਮ ਉਹਨਾਂ ਨੂੰ ਦਿੱਤਾ ਜਾਏਗਾ ਤਾਂ ਜ਼ਰੂਰ ਇਹ ਲੋਕ ਬਹੁਤ ਅੱਛਾ ਕਰਨਗੇ। ਉਹ ਦੇਖਦੇ ਹੀ ਦੇਖਦੇ ਉਹ 100-200 ਬੰਦਿਆਂ ਦੇ ਨਾਲ ਕਰਦੇ ਕਰਦੇ ਹਜ਼ਾਰਾਂ ਬੰਦੇ ਜੁੜ ਗਏ, ਉਹਨਾਂ ਨੇ ਗਰੁੱਪ ਬਣਾ ਲਏ, ਆਪਣੇ ਗਰੁੱਪ ਬਣਾ ਕੇ ਆਪਣੀਆਂ ਸਾਡੇ ਨਾਲ ਮੀਟਿੰਗਾਂ ਹੋਣ ਲੱਗ ਪਈਆਂ ਔਰ ਸਾਨੂੰ ਹਰੇਕ ਬੰਦਾ ਵੱਧ ਚੜ੍ਹ ਕੇ, ਆਪ ਜੀ ਦੇਖੋਗੇ ਨਹੀਂ ਮਤਲਬ 3 ਦਿਨ ਦਾ ਸਮਾਗਮ ਹੁੰਦਾ ਹੈ ਜਿਸ ਤਰ੍ਹਾਂ ਰਾਤੋਂ ਸਾਰੀ ਸੰਗਤ ਆਪਣੀ ਲੰਗਰ ਵਗੈਰਾ ਛੱਕ ਕੇ ਜਾਂਦੀ ਹੈ ਅਤੇ ਵਾਪਸ ਦੇਖੋਗੇ ਇੰਨਾ ਉੱਥੇ ਇੱਥੇ ਕਿੰਨਾ ਮਤਲਬ ਕਚਰਾ ਵਗੈਰਾ ਕਈ ਚੀਜ਼ਾਂ ਸਾਫ਼ ਸਫਾਈ ਕਰਨ ਵਾਲੀ ਹੁੰਦੀ ਹੈਗੀ। ਵਾਹਿਗੁਰੂ ਕਿਰਪਾ ਨਾਲ ਤੁਸੀਂ ਮੰਨੋਗੇ ਨਹੀਂ, ਸਵੇਰੇ ਅਸੀਂ ਦੇਖਦੇ ਹਾਂ ਅਤੇ ਯੰਗ ਯੂਥ ਖੁਦ ਆ ਕੇ ਆਪਣੇ ਹਿਸਾਬ ਨਾਲ ਆ ਕੇ ਸੇਵਾ ਕਰਦਾ ਹੈ, ਉਹ ਪ੍ਰੇਰਣਾ ਦੇਖ ਕੇ ਜਿਹੜੀ ਯੰਗ ਯੂਥ ਆ ਉਹਨਾਂ ਦੇ ਮਾਤਾ ਪਿਤਾ ਆ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਆ ਉਹ ਸਹੀ ਜਗ੍ਹਾ 'ਤੇ ਲੱਗੇ ਹੋਏ ਨੇ, ਸਹੀ ਜਗ੍ਹਾ 'ਤੇ ਉਹ ਕੰਮ ਕਰ ਰਹੇ ਨੇ, ਉਹਨਾਂ ਨਾਲ ਉਹਨਾਂ ਦੇ ਮਾਂ ਬਾਪ ਵੀ ਆਉਂਦੇ ਨੇ। ਤੁਸੀਂ ਲੰਗਰ ਦੀ ਸੇਵਾ ਕੀਤੀ ਹੈ, ਜੋ ਆ ਕੇ ਇਸ ਉਪਰਾਲੇ ਬਾਰੇ ਕੀ ਕਹੋਗੇ? ਬਸ ਜੀ, ਮਹਾਰਾਜ ਦੀ ਕਿਰਪਾ ਹੋਈ, ਹੁਕਮ ਹੋਇਆ ਆਪਾਂ ਸੇਵਾ ਕਰਦੀ ਸੀ, ਗੁਰੂ ਦੀ ਕਿਰਪਾ ਜੀ ਹੋਈ ਬਸ ਜੀ, ਸਾਰਿਆਂ ਨੇ। ਹਾਂਜੀ, ਇਹ ਜੋ ਨਾਂ ਰੱਖਿਆ ਗਿਆ ਨਵਾਂ ਸਾਲ ਗੁਰੂ ਦੇ ਨਾਲ, ਇਹਦੇ ਵਿੱਚ ਹੀ ਸਭ ਕੁਛ ਹੈ, ਜਿੱਥੇ ਗੁਰੂ ਹੈ ਉੱਥੇ ਸੰਗਤ ਆਪਣੇ ਆਪ ਪਹੁੰਚਦੀ ਹੈ। ਔਰ ਜਿਹੜਾ ਵਾਰ ਵਾਰ ਕਿਹਾ ਜਾਂਦਾ ਹੈ ਕਿ ਨਸ਼ਿਆਂ ਤੋਂ, ਸਾਡੀ ਸੰਗਤ ਨਸ਼ਿਆਂ ਤੋਂ ਦੂਰ ਹੀ ਹੈ, ਨਵੇਂ ਨਸ਼ਿਆਂ ਤੋਂ ਦੂਰ ਹੀ ਹੈ, ਬੜੀ ਕਿਰਪਾ ਹੈ ਕਿਉਂਕਿ 14 ਸਾਲ ਤੋਂ ਗੁਰੂ ਨਾਲ ਜੁੜੀ ਹੈ। ਇਹ ਤੁਸੀਂ ਦੇਖ ਰਹੇ ਹੋ ਜਿੰਨੇ ਸੇਵਾਦਾਰ ਨੌਜਵਾਨ ਹੈ, ਇਹ ਨੌਜਵਾਨ ਸੇਵਾਦਾਰ ਸੇਵਾ ਕਰ ਰਹੇ ਨੇ ਬਿਨਾਂ ਕਿਸੇ ਦੇ ਹੁਕਮ ਤੋਂ, ਆਪਣੇ ਆਪ ਵਲੰਟੀਅਰ ਸੇਵਾ ਕਰ ਰਹੇ ਨੇ, ਅਤੇ ਇਹਦਾ ਮਤਲਬ ਹੈ ਕਿ ਇਹ ਨਸ਼ਿਆਂ ਦੇ ਆਦੀ ਨਹੀਂ ਹੈ, ਇਹ ਸੇਵਾ ਦੇ ਆਦੀ ਨੇ, ਇਹ ਗੁਰੂ ਨਾਲ ਜੁੜੇ ਹੋਏ ਹੈਗੇ ਨੇ। ਅਤੇ ਅਸੀਂ ਇਹੀ ਆਸਾ ਕਰਕੇ ਪ੍ਰੋਗਰਾਮ ਰੱਖਿਆ ਅਤੇ ਹਮੇਸ਼ਾ ਰੱਖਿਆ, ਚੱਲਦਾ ਰਹੇਗਾ ਪ੍ਰੋਗਰਾਮ, ਹਰ ਸਾਲ ਹੋਏਗਾ ਔਰ ਇਹ ਸਾਰੀ ਸੰਗਤ ਜੁੜਦੀ ਰਹੇਗੀ। ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਸਾਰੀ ਨਿਊ ਬੰਬਈ ਸੰਗਤ, ਕਿ ਸਾਰੀ ਹਿੰਦੁਸਤਾਨ ਦੀ ਸੰਗਤ ਗੁਰੂ ਨਾਲ ਜੁੜੀ ਰਹੇ ਔਰ ਕੋਈ ਨਸ਼ਿਆਂ ਦੇ ਨੇੜੇ ਨਾ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹੇ, ਇਹ ਸੇਵਾ ਜੋ ਰਾਜੂ ਸੇਠ ਆਪਣੇ
ਉਹ ਸੁਪਰੀਮ ਕੌਂਸਲ ਸੇਵਾ ਚਾਲੂ ਹੈ। ਇਹ ਸੇਵਾ ਅਸੀਂ ਚਾਹੁੰਦੇ ਹਾਂ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹੇ, ਅਸੀਂ ਰਹੀ ਨਾ ਰਹੀਏ, ਸੇਵਾ ਰਹੇ। ਬਸ ਜੀ ਤੁਹਾਡਾ ਆਹੀ ਮੋਟਿਵ ਹੈ। ਵੱਡਿਆਂ ਦਾ ਤਜੁਰਬਾ, ਨੌਜਵਾਨਾਂ ਦਾ ਜੋਸ਼ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ। ਯੈਸ ਜੀ, ਯੈਸ ਵਾਹਿਗੁਰੂ ਜੀ, ਜੋ ਤੁਸੀਂ ਬੋਲਿਆ ਬੱਚਿਆਂ ਦੇ ਜੋਸ਼ ਕਰਕੇ ਹੀ ਵੱਡਿਆਂ ਦਾ ਜੋਸ਼ ਹੈ। ਨਿਊ ਬੰਬੇ ਦੀ ਜਿੰਨੀ ਆ ਛੋਟੀ ਪੀੜ੍ਹੀ ਆ, ਸਾਰੀ ਬੱਚੇ ਸਾਰੇ ਆ, ਇਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਹੈ। ਬਹੁਤ ਸੰਯੋਗ ਕਰ ਰਹੇ ਆ ਇਸ ਵੇਲੇ। ਅਗਲੀ ਪੀੜ੍ਹੀ ਜਿਹੜੀ ਆਊਗੀ ਸਾਡੀ ਅੰਮ੍ਰਿਤਧਾਰੀ ਹੋਊਗੀ ਸਾਰੀ, ਅਤੇ ਇਹਨਾਂ ਦੇ ਨਾਲ ਪੂਰਾ ਸੰਯੋਗ ਦੇਵਾਂਗੇ ਸਾਰੀ ਉਮਰ। ਜਿੰਨਾ ਚਿਰ ਜੀਨੇ ਉਹਨਾਂ ਚਿਰ ਸੰਯੋਗ ਮਿਲੂਗਾ ਪੂਰਾ। ਚੜ੍ਹਦੀ ਕਲਾ 'ਚ ਹੋਊਗਾ ਪ੍ਰੋਗਰਾਮ ਜਿਹੜਾ ਨਵਾਂ ਸਾਲ ਗੁਰੂ ਦੇ ਨਾਲ। ਸ੍ਰੀ ਅਕਾਲ। ਬੇਸਿਕਲੀ ਸਾਡਾ ਥੀਮ ਇਹੀ ਸੀਗੇ, ਅਸੀਂ ਕਹਿੰਦੇ ਕਿ ਮਾਨਸ ਕੀ ਜਾਤ ਏਕ ਪਹਿਚਾਨੋ। ਅਸੀਂ ਸੋਚਦੇ ਕਿ ਸਾਰੇ ਧਰਮ ਇੱਕ ਹੈਗੇ ਆ। ਸਾਨੂੰ ਬਹੁਤ ਜਣੇ ਲੋਕਾਂ ਨੇ ਆ ਕੇ ਪੁੱਛਿਆ ਕਿ ਕਿਹਦਾ ਧਰਮ ਆ, ਕਿਹਦਾ ਪ੍ਰੋਗਰਾਮ ਆ, ਕੀ ਹੈਗਾ। ਅਸੀਂ ਉਹਦੇ ਸਾਰੇ ਸਿੱਖਾਂ, ਸਾਰੀ ਕੌਮ ਵਾਸਤੇ ਆ, ਸਾਰੀ ਮਨੁੱਖਾਂ ਵਾਸਤੇ ਹੈਗੇ। ਅਤੇ ਹਰੇਕ ਬੰਦਾ, ਹਰੇਕ ਪ੍ਰਾਣੀ, ਸਿੰਧੀ ਹੋਵੇ, ਮੁਸਲਮਾਨ ਹੋਵੇ, ਹਿੰਦੂ ਹੋਵੇ, ਮਰਾਠੀ ਹੋਵੇ, ਸਾਰੇ ਬੰਦੇ ਇੱਥੇ ਆਉਂਦੇ ਨੇ, ਲੰਗਰ ਛਕਦੇ ਨੇ ਔਰ ਪੂਰਾ ਨਵਾਂ ਸਾਲ ਆਪਣੇ ਗੁਰੂ ਦੀ ਚਰਨਾਂ ਵਿੱਚ ਬਤੀਤ ਕਰਦੇ ਨੇ, ਅਤੇ ਸਾਨੂੰ ਇਹ ਬਹੁਤ ਚੰਗਾ ਲੱਗਦਾ ਹੈ ਜੀ। ਜੀ, ਅਸੀਂ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਇੰਨਾ ਮਾਣ ਸਨਮਾਨ ਦਿੰਦੇ ਨੇ। ਅਸੀਂ ਇਹ 2009 ਤੋਂ ਪ੍ਰੋਗਰਾਮ ਚਾਲੂ ਕੀਤਾ ਹੋਇਆ, ਅਤੇ ਦਿਨ ਬਰ ਦਿਨ ਜਿੰਨੀ ਸੰਗਤ ਸਾਨੂੰ ਮਿਲ ਰਹੀ ਹੈ, ਸਾਨੂੰ ਦਿਨ ਬਰ ਦਿਨ ਉਤਸ਼ਾਹ ਹੋਰ ਵੱਧਦਾ ਜਾ ਰਿਹਾ। ਅਸੀਂ ਇਹ ਜੋ ਪ੍ਰੋਗਰਾਮ ਕਰਦੇ ਹਾਂ, ਜੋ ਸਾਡਾ ਥੀਮ ਸੀਗਾ ਜੋ ਬੱਚਿਆਂ ਵਾਸਤੇ ਅਸੀਂ ਕਰ ਰਹੇ ਸੀਗੇ, ਕਿ ਬੱਚੇ ਜਿਹੜੇ ਹੈਗੇ ਆ ਜੋ ਯੰਗ ਯੂਥ ਇੱਧਰ ਉੱਧਰ ਭਟਕ ਰਹੇ ਸਨ, ਉਹ ਨਾ ਭਟਕਣ ਅਤੇ ਗੁਰੂ ਦੇ ਚਰਨਾਂ 'ਚ ਆਪਣਾ ਨਵਾਂ ਸਾਲ ਮਨਾਉਣ। ਅਤੇ ਉਹ ਉਹਨਾਂ ਨੇ ਜਿਸ ਹਿਸਾਬ ਨਾਲ ਸਾਨੂੰ ਉਸ ਸਾਡੀ ਜੋ ਮਿਹਨਤ ਦਾ ਸਾਨੂੰ ਉਹਨਾਂ ਨੇ ਸਾਨੂੰ ਫਲ ਦਿੱਤਾ ਹੈ, ਅਸੀਂ ਉਸ ਅਕਾਲ ਪੁਰਖ ਦਾ ਕੋਟਾਨਕੋਟ ਧੰਨਵਾਦ ਹੈ ਕਿ ਉਹਨਾਂ ਦਾ ਅਸੀਂ ਜਿੰਨਾ ਸ਼ੁਕਰ ਕਰੀਏ ਉਨਾ ਘੱਟ ਹੈ ਜੀ। ਐਜ਼ ਅ ਸੰਗਤ, ਐਜ਼ ਅ ਐਡਵਾਈਸ, ਗੁਰੂ ਦੀ ਸੰਗਤ ਦੇ ਤੌਰ 'ਤੇ ਮੈਂ ਇਹ ਐਡਵਾਈਸ ਦੇ ਸਕਦੀ ਹਾਂ ਕਿ ਜਦੋਂ ਨੈਕਸਟ ਟਾਈਮ ਫਿਰ ਤੋਂ ਇਹ ਉਪਰਾਲਾ ਕੀਤਾ ਜਾਵੇ, ਤਾਂ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਕਿ ਥੋੜ੍ਹਾ ਹੋਰ ਇਸ ਨੂੰ ਐਕਸਪਾਂਡ ਕੀਤਾ ਜਾਵੇ, ਜਿਸ ਤਰ੍ਹਾਂ ਕਿ ਗਰਾਊਂਡ ਨੂੰ ਵੱਧ ਤੋਂ ਵੱਧ ਸੰਗਤ ਤਾਂ ਬਹੁਤ ਆ ਰਹੀ ਹੈ, ਬਟ ਪ੍ਰੋਬਲਮ ਕੀ ਹੈ ਨਾ, ਸਫੋਕੇਟਡ ਹੋ ਗਿਆ ਬਹੁਤ। ਹੁਣ ਤਾਂ ਅੱਜ ਫਿਰ ਵੀ ਠੀਕ ਹੈ, ਜਦੋਂ ਮੈਂ ਕੱਲ੍ਹ ਆਈ ਸਾਂ ਤਾਂ ਕਾਫੀ ਸਫੋਕੇਟਡ ਸੀ, ਜਗ੍ਹਾ ਨਹੀਂ ਸੀ ਮਿਲ ਰਹੀ ਬਜ਼ੁਰਗਾਂ ਨੂੰ ਔਰ ਬੱਚਿਆਂ ਨੂੰ ਥੋੜ੍ਹੀ ਪ੍ਰੋਬਲਮ ਆਉਂਦੀ, ਸਾਡਾ ਤਾਂ ਚੱਲ ਜਾਂਦਾ ਜਵਾਨਾਂ ਦਾ, ਬਜ਼ੁਰਗਾਂ ਨੂੰ ਔਰ ਬੱਚਿਆਂ ਨੂੰ ਥੋੜ੍ਹੀ ਪ੍ਰੋਬਲਮ, ਬਾਕੀ ਆਲ ਇਜ਼ ਗੁੱਡ। ਅਤੇ ਔਰ ਨੈਕਸਟ ਟਾਈਮ ਮੇਰੇ ਖਿਆਲ ਤੋਂ ਔਰ ਵਧੀਆ ਉਪਰਾਲਾ ਕਮੇਟੀ ਕਰ ਸਕਦੀ ਜਿੱਥੇ ਤਾਂ ਮੈਨੂੰ ਲੱਗਦਾ ਹੈ। ਓਕੇ, ਥੈਂਕ ਯੂ। ਐਂਡ ਬਹੁਤ ਹੀ ਅੱਛਾ ਔਰਗਨਾਈਜ਼ਡ ਕੀਆ ਹੈ ਯਹਾਂ ਪੇ, ਮਤਲਬ ਡੈਕੋਰੇਸ਼ਨ ਵੀ ਅੱਛਾ ਹੈ, ਯਹਾਂ ਪੇ ਜੋ ਵੀ ਪਬਲਿਕ ਆਈ ਹੈ ਐਸਾ ਲੱਗ ਰਿਹਾ ਹਮ ਕਹੀਂ ਪੰਜਾਬ ਮੈਂ ਆ ਗਏ ਇੱਕਦਮ ਸੇ, ਬਹੁਤ ਅੱਛਾ ਲਗਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।